ਸਬਸਕ੍ਰਾਈਬ ਟੂ ਆਰ YouTube ਚੈਨਲ, ਪ੍ਰੈਸ ਦ ਬੈਲ ਆਈਕਨ ਟੂ ਗੈਟ ਦ ਲੇਟੈਸਟ ਅਪ। ਮਾਨਸਾ ਪੁਲਿਸ ਦੀ ਬਦਮਾਸ਼ ਪਰਮਜੀਤ ਸਿੰਘ ਪੰਮਾ ਵਿਚਕਾਰ ਹੋਈ ਮੁੱਠਭੇੜ ਦੇ ਵਿੱਚ ਨਾਮੀ ਬਦਮਾਸ਼ ਜ਼ਖਮੀ ਹੋ ਗਿਆ, ਜਿਸ ਨੂੰ ਬੁੱਢਲਾਡਾ ਦੇ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ CIA ਸਟਾਫ ਦੀ ਪੁਲਿਸ ਵੱਲੋਂ ਪਰਮਜੀਤ ਸਿੰਘ ਪੰਨਾ ਨੂੰ ਉਸ ਦੇ ਦੋ ਸਾਥੀਆਂ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ, ਜਦੋਂ ਵਿਅਕਤੀਆਂ ਦੇ ਖਿਲਾਫ ਲੁੱਟਪਾਟ ਅਤੇ ਕਤਲ ਦੇ ਮਾਮਲੇ ਅਤੇ ਕਈ ਤਰ੍ਹਾਂ ਹੋਰ ਵੀ ਜੁੜੀਆਂ ਹੋਈਆਂ ਸਨ। ਇਸ ਮਾਮਲੇ ਦੇ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਬੁੱਢਲਾਡਾ ਦੇ DSP ਮਨਜੀਤ ਸਿੰਘ ਨੇ ਦੱਸਿਆ ਹੈ ਕਿ ਬੁੱਢਲਾਡਾ ਪੁਲਿਸ ਨੇ ਪਰਮਜੀਤ ਸਿੰਘ ਪੰਮਾ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਦੇ ਸੰਬੰਧ 'ਚ ਇਹ ਹੈ ਜੀ, ਮਾਨਯੋਗ SSP ਸਾਹਿਬ ਵੱਲੋਂ ਜਿਹੜੇ ਵੀ ਕੋਈ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਵਹਿਮ ਵਿੱਢੀ ਹੋਈ ਹੈ। ਇਸੇ ਲੜੀ ਦੇ ਵਿੱਚ ਇੱਕ 26/11 ਨੂੰ ਸਿਟੀ ਬੁਲਾਡੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ 307 ਦਾ, ਜਿਸ ਦੇ ਵਿੱਚ ਇਹ ਦੋਸ਼ੀ ਸੀਗੇ 3 ਜਣੇ। ਜੋ CIA ਇੰਚਾਰਜ ਸਾਡੇ ਮਾਨਸਾ ਸੁਖਜੀਤ ਸਿੰਘ ਨੇ ਅਤੇ ਉਹਨਾਂ ਦੀ ਟੀਮ ਨੇ ਕੱਲ੍ਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਕੀ ਦੋ ਦੋਸ਼ੀਆਂ ਤੋਂ ਵੀ ਰਿਕਵਰੀ ਹੋਈ ਹੈ। ਅੱਜ ਇਸ ਨੂੰ ਨਾਲ ਲੈ ਕੇ ਅਸੀਂ ਇਸ ਵੱਲੋਂ ਮੁਕੱਦਮੇ ਦੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਾਉਣ ਲਈ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਸਾਡੀ ਗੋਬਿੰਦਪੁਰੇ ਤੋਂ ਫੁੱਲੂ ਵਾਲਾ ਡੋਲ ਰਸਤੇ 'ਚ ਪਹੁੰਚੀ, ਜਿੱਥੇ ਕਹਿੰਦਾ ਸੀ ਮੈਂ ਪਿਸਤੌਲ ਮੇਰੇ ਕੋਲ ਪਿਆ, ਮੈਂ ਲੁਕੋਇਆ ਹੋਇਆ, ਇਹਨੇ ਉੱਥੇ ਜਾ ਕੇ ਪਿਸਤੌਲ ਚੱਕ ਕੇ ਪੁਲਿਸ ਵੱਲ ਫਾਇਰਿੰਗ ਕਰਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਅਤੇ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ, ਜੋ ਇਸਦੇ ਗਿੱਟੇ ਦੇ ਵਿੱਚ ਫਾਇਰ ਵੱਜੇ ਨੇ ਅਤੇ ਇਹ ਗ੍ਰਿਫਤਾਰੀ ਇਹਦੀ ਪਹਿਲਾਂ ਹੀ ਹੋ ਚੁੱਕੀ ਹੈ। ਇਹਦਾ ਨੰਬਰ ਪਰਮਜੀਤ ਸਿੰਘ ਪੰਮਾ ਜੀ, ਅਤੇ ਇਹਦੇ ਹੋਰ ਵੀ ਕਈ ਮੁਕੱਦਮੇ ਦਰਜ ਨੇ, ਹੀਨੀਅਸ ਕ੍ਰਾਈਮ ਦੇ ਹੈਬਿਚੁਅਲ ਕ੍ਰਿਮੀਨਲ ਆ ਇਹ, ਕਲਾਣੇ ਪਿੰਡ ਦਾ ਜੀ ਪਰਮਜੀਤ ਸਿੰਘ ਔਰ ਪੰਮਾ। ਅਤੇ ਪਿਛਲੇ ਸਮੇਂ ਦੇ ਵਿੱਚ ਵੀ ਇਹਨੇ ਇੱਕ ਵਾਰੀ ਫਾਇਰਿੰਗ ਕਰਤੀ ਸੀ ਮੰਡੀ ਦੇ ਵਿੱਚ ਕਲਾਣੀ, ਉਦੋਂ 'ਚ ਵੀ ਭਗੌੜਾ ਸੀ ਇਹ।